ਬਜਰੀ ਦੇ ਨਾਲ ਭਰਿਆ ਹੋਇਆ ਇੱਕ ਟਿੱਪਰ ਸੜਕ ਤੇ ਪਲਟ ਗਿਆ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਟਿੱਪਰ ਦੇ ਵਿੱਚ ਫਸੇ ਟਿੱਪਰ ਚਾਲਕਾਂ ਨੂੰ ਬਾਹਰ ਕੱਢਿਆ। ਦਰਅਸਲ ਸਾਈਕਲ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਹਾਦਸਾ ਹੋਇਆ। ਨੰਗਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਪੱਟੀ ਦੇ ਕੋਲ ਇਹ ਬਜਰੀ ਦੇ ਨਾਲ ਭਰਿਆ ਹੋਇਆ ਟਿੱਪਰ ਪਲਟ ਗਿਆ। ਬੀਤੀ ਰਾਤ ਦੀ ਇਹ ਘਟਨਾ ਹੈ। ਸੜਕ ਤੇ ਜਾ ਰਹੇ ਇੱਕ ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਟਿੱਪਰ ਪਲਟ ਗਿਆ। ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਉਹ ਭੱਜ ਕੇ ਇਸ ਸਥਾਨ ਤੇ ਪਹੁੰਚੇ। ਬੜੀ ਮੁਸ਼ਕਤ ਬਾਅਦ ਟਿੱਪਰ ਦੇ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭੇਜ ਦਿੱਤਾ। ਮੌਕੇ ਤੇ ਪੁਲਿਸ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਔਰ ਇਸ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ। 11 ਵਜੇ ਦੀ ਟਾਈਮ ਦੀ ਸੀ, ਲੜਾਕਾ ਜੇ ਹੋਇਆ ਨਾ, ਉਸ ਵੇਲੇ ਅਸੀਂ ਬਾਹਰ ਨਿਕਲੇ ਇੱਕਦਮ ਹੀ ਤੇ ਸਾਡੇ ਇੱਧਰ ਤੇ ਨਿਆਣੇ ਵੀ ਨਿਕਲੇ। ਉਹਨਾਂ ਨੇ ਜਾ ਕੇ ਦੇਖਿਆ ਤਾਂ ਬੰਦੇ ਜਿਹੜੇ ਆ ਟਰਾਲੇ ਦੇ ਵਿੱਚ ਤੇ ਬੰਦੇ, ਉਹ ਬੰਦਿਆਂ ਨੇ ਫਿਰ ਜਾਣੀ ਸਾਡੇ ਮੁੰਡਿਆਂ ਨੇ ਵਿੱਚੋਂ ਕੱਢੇ, ਉਹ ਸ਼ੀਸ਼ਾ ਜਿਹਾ ਭੰਨਿਆ ਪਤਾ ਨਹੀਂ ਤਾਂ ਉਹਦੇ ਵਿੱਚ ਬਾਹਰ ਸੀ ਕੱਢੇ ਇਹ ਨਿਆਣਿਆਂ ਨੇ ਸਾਡਿਆਂ ਨੇ। ਬਾਕੀ ਸਾਨੂੰ ਫਿਰ ਪੁਲਿਸ ਆ ਗਈ ਜਦੋਂ ਹੀ, ਪਰ ਜਿਹੜਾ ਬੰਦਾ ਪਿਆ ਵਾ ਤਾਂ ਉਹਦਾ ਨਹੀਂ ਪਤਾ ਹੈ ਫਿਰ ਜਾਣੀ ਉਹ ਆਪ ਹੀ ਮਰਿਆ ਵਿਚਾਰਾ, ਜਾਂ ਕੋਈ ਹੋਰ ਨਾ ਮਾਰਿਆ ਜਾਂ ਇਹਨੇ ਮਾਰਿਆ, ਇਹਦਾ ਨਹੀਂ ਸਾਨੂੂੰ ਪਤਾ ਲੱਗਿਆ ਕਿ ਅਸੀਂ ਉਰੇ ਖੜ੍ਹੇ ਰਹੇ, ਫਿਰ ਅਸੀਂ ਗਾਹਾਂ ਨੂੰ ਗਏ ਨਹੀਂ ਹੈਗੇ ਹੈ। ਮੇਰੀ ਚਪੇਟ ਦੇ, ਪਰ ਅਸੀਂ ਜਦੋਂ ਟਾਇਰ ਦੇਖਦੇ ਗੱਡੀ ਦੇ ਤੇ ਗੱਡੀ ਦੇ ਟਾਇਰਾਂ ਨੂੰ ਜਿਹੜਾ ਬਲੱਡ ਲੱਗਿਆ ਹੋਇਆ, ਜਿਹੜੀ ਪ੍ਰੈਸ਼ਰ ਟੈਂਕੀ ਆ ਉਹ ਵੀ ਤਾਂ ਛਿੱਟੇ ਪਏ ਹੋਏ ਬਲੱਡ ਦੇ ਪਟਾਕਾ ਹੋ ਕੇ, ਤੇ ਸਾਡੇ ਹਿਸਾਬ ਨਾਲ ਤਾਂ ਇਸ ਟੈਂਕੀ ਗੱਡੀ ਦੀ ਚੇਟ 'ਚ ਆਇਆ ਹੈਗਾ ਜੀ। ਬਾਕੀ ਹੁਣ ਮੁੰਡੇ ਨੇ ਦੱਸਿਆ ਤੇ ਅਸੀਂ ਦੇਖ ਲਿਆ ਭਵਿਸ਼ਨ ਕੁਮਾਰ ਨਾ ਇਹਦੇ ਮੁੰਡੇ ਦਾ ਜੀ। ਹਾਂਜੀ ਪੁਲਿਸ ਪਹੁੰਚ ਗਈ? ਹਾਂਜੀ ਪੁਲਿਸ ਪਹੁੰਚ ਗਈ, ਮੌਕੇ 'ਤੇ ਉਹ ਕਾਰਵਾਈ ਕਰੇਗੀ। ਹੁਣੇ ਹੁਣੇ ਮੈਂ ਪਹੁੰਚਿਆ, ਪਤਾ ਲੱਗਿਆ ਵੀ ਜਿਹੜਾ ਭਵਿਸ਼ਨ ਕੁਮਾਰ ਹੈਗੇ ਇਹਨਾਂ ਦਾ ਜਿਹੜਾ ਟਿੱਪਰ ਨਾਲ ਐਕਸੀਡੈਂਟ, ਕੁਛ ਬੋਲੋ ਭਵਿਸ਼ਨ ਕੁਮਾਰ ਹੈਗੇ ਜੀ, ਜਿਹੜੇ ਪਤਾ ਲੱਗਿਆ ਵੀ ਜਿਹਨਾਂ ਦੀ ਡੈਡ ਬੋਡੀ ਆ ਔਰ ਖਾਈ ਵੀ ਆ ਮੌਕੇ 'ਚ, ਉਹਨਾਂ ਦਾ ਇੱਕ ਟਿੱਪਰ ਦੇ ਨਾਲ ਐਕਸੀਡੈਂਟ ਹੋਇਆ ਸਵੇਰੇ ਜੀ 7:30 ਵਜੇ, ਜਿਹੜੀ ਹੁਣ ਅਗਲੀ ਤਫਤੀਸ਼ ਹੈ ਉਹ ਕੀਤੀ ਜਾ ਰਹੀ ਹੈ। ਕਾਰਵਾਈ ਕੀਤੀ ਜਾ ਰਹੀ ਬਜਰੀ ਦੇ ਨਾਲ ਭਰਿਆ ਹੋਇਆ ਇੱਕ ਟਿੱਪਰ ਸੜਕ ਤੇ ਪਲਟ ਗਿਆ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਟਿੱਪਰ ਦੇ ਵਿੱਚ ਫਸੇ ਟਿੱਪਰ ਚਾਲਕਾਂ ਨੂੰ ਬਾਹਰ ਕੱਢਿਆ। ਦਰਅਸਲ ਸਾਈਕਲ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਹਾਦਸਾ ਹੋਇਆ। ਨੰਗਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਪੱਟੀ ਦੇ ਕੋਲ ਇਹ ਬਜਰੀ ਦੇ ਨਾਲ ਭਰਿਆ ਹੋਇਆ ਟਿੱਪਰ ਪਲਟ ਗਿਆ। ਬੀਤੀ ਰਾਤ ਦੀ ਇਹ ਘਟਨਾ ਹੈ। ਸੜਕ ਤੇ ਜਾ ਰਹੇ ਇੱਕ ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਟਿੱਪਰ ਪਲਟ ਗਿਆ। ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਉਹ ਭੱਜ ਕੇ ਇਸ ਸਥਾਨ ਤੇ ਪਹੁੰਚੇ। ਬੜੀ ਮੁਸ਼ਕਤ ਬਾਅਦ ਟਿੱਪਰ ਦੇ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭੇਜ ਦਿੱਤਾ। ਮੌਕੇ ਤੇ ਪੁਲਿਸ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਔਰ ਇਸ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ। 11 ਵਜੇ ਦੀ ਟਾਈਮ ਦੀ ਸੀ, ਲੜਾਕਾ ਜੇ ਹੋਇਆ ਨਾ, ਉਸ ਵੇਲੇ ਅਸੀਂ ਬਾਹਰ ਨਿਕਲੇ ਇੱਕਦਮ ਹੀ ਤੇ ਸਾਡੇ ਇੱਧਰ ਤੇ ਨਿਆਣੇ ਵੀ ਨਿਕਲੇ। ਉਹਨਾਂ ਨੇ ਜਾ ਕੇ ਦੇਖਿਆ ਤਾਂ ਬੰਦੇ ਜਿਹੜੇ ਆ ਟਰਾਲੇ ਦੇ ਵਿੱਚ ਤੇ ਬੰਦੇ, ਉਹ ਬੰਦਿਆਂ ਨੇ ਫਿਰ ਜਾਣੀ ਸਾਡੇ ਮੁੰਡਿਆਂ ਨੇ ਵਿੱਚੋਂ ਕੱਢੇ, ਉਹ ਸ਼ੀਸ਼ਾ ਜਿਹਾ ਭੰਨਿਆ ਪਤਾ ਨਹੀਂ ਤਾਂ ਉਹਦੇ ਵਿੱਚ ਬਾਹਰ ਸੀ ਕੱਢੇ ਇਹ ਨਿਆਣਿਆਂ ਨੇ ਸਾਡਿਆਂ ਨੇ। ਬਾਕੀ ਸਾਨੂੰ ਫਿਰ ਪੁਲਿਸ ਆ ਗਈ ਜਦੋਂ ਹੀ, ਪਰ ਜਿਹੜਾ ਬੰਦਾ ਪਿਆ ਵਾ ਤਾਂ ਉਹਦਾ ਨਹੀਂ ਪਤਾ ਹੈ ਫਿਰ ਜਾਣੀ ਉਹ ਆਪ ਹੀ ਮਰਿਆ ਵਿਚਾਰਾ, ਜਾਂ ਕੋਈ ਹੋਰ ਨਾ ਮਾਰਿਆ ਜਾਂ ਇਹਨੇ ਮਾਰਿਆ, ਇਹਦਾ ਨਹੀਂ ਸਾਨੂੰ ਪਤਾ ਲੱਗਿਆ ਕਿ ਅਸੀਂ ਉਰੇ ਖੜ੍ਹੇ ਰਹੇ, ਅਸੀਂ ਗਾਹਾਂ ਨੂੰ ਗਏ ਨਹੀਂ ਹੈਗੇ ਹੈ। ਪੁਲਿਸ ਆ ਗਈ? ਹਾਂਜੀ ਪੁਲਿਸ ਆ ਗਈ, ਫਿਰ ਤਾਂ
ਇੱਥੇ ਰਸ਼ ਜਿਹਾ ਪੈ ਗਿਆ, ਫਿਰ ਅਸੀਂ ਇੱਥੇ ਉਰੇ ਖੜ੍ਹੇ ਰਹੇ, ਟਰਾਕਾ ਬਹੁਤ ਜ਼ੋਰ ਦੀ ਹੋਇਆ। ਹਾਂਜੀ, ਕਿੰਨੇ ਬੰਦੇ ਸੀਗੇ ਇਹਦੇ 'ਚ? ਇਹਦੇ ਵਿੱਚ ਮੈਨੂੰ ਇਹ ਨਹੀਂ ਪਤਾ ਵੀ ਦੋ 'ਤੇ ਕਿ ਤਿੰਨ 'ਤੇ। ਪਤਾ ਲੱਗਿਆ ਸੀ ਕਿ ਐਕਸੀਡੈਂਟ ਹੋਇਆ ਜਦੋਂ ਆ ਕੇ ਦੇਖਿਆ, ਟਿੱਪਰ ਵਾਲਾ ਤਾਂ ਕਹਿ ਰਿਹਾ ਕਿ ਮੇਰੇ 'ਚ ਬੈਠਦੇ ਨੇ, ਪਰ ਅਸੀਂ ਜਦੋਂ ਟਾਇਰ ਦੇਖਦੇ ਹਾਂ ਗੱਡੀ ਦੇ, ਅਤੇ ਗੱਡੀ ਦੇ ਟਾਇਰਾਂ ਨੂੰ ਜਿਹੜਾ ਬਲੱਡ ਲੱਗਿਆ ਹੋਇਆ, ਜਿਹੜੀ ਪ੍ਰੈਸ਼ਰ ਟੈਂਕੀ ਆ ਉਹ ਵੀ ਤਾਂ ਉੱਥੇ ਛਿੱਟੇ ਪਏ ਹੋਏ ਬਲੱਡ ਦੇ ਪਟਾਕਾ ਹੋ ਕੇ, ਅਤੇ ਸਾਡੇ ਹਿਸਾਬ ਨਾਲ ਤਾਂ ਇਸ ਟੈਂਕੀ ਗੱਡੀ ਦੇ ਚੇਟ 'ਚ ਆਇਆ ਹੈਗਾ ਜੀ। ਬਾਕੀ ਹੁਣ ਮੁੰਡੇ ਨੇ ਦੱਸਿਆ ਤਾਂ ਅਸੀਂ ਦੇਖ ਲਿਆ ਭਵਿਸ਼ਨ ਕੁਮਾਰ ਨਾ ਇਹਦੇ ਮੁੰਡੇ ਦਾ। ਹਾਂਜੀ, ਪੁਲਿਸ ਪਹੁੰਚ ਗਈ? ਹਾਂਜੀ, ਪੁਲਿਸ ਪਹੁੰਚ ਗਈ, ਮੌਕੇ 'ਤੇ ਉਹ ਕਾਰਵਾਈ ਕਰੇਗੀ। ਹੁਣੇ ਹੁਣੇ ਮੈਂ ਪਹੁੰਚਿਆ, ਪਤਾ ਲੱਗਿਆ ਵੀ ਜਿਹੜਾ ਭਵਿਸ਼ਨ ਕੁਮਾਰ ਹੈਗੇ ਇਹਨਾਂ ਦਾ ਜਿਹੜਾ ਟਿੱਪਰ ਨਾਲ ਐਕਸੀਡੈਂਟ। ਪੁੱਛੀ ਬੋਲੋ। ਭਵਿਸ਼ਨ ਕੁਮਾਰ ਹੈਗੇ ਜੀ, ਜਿਹੜੇ ਪਤਾ ਲੱਗਿਆ ਵੀ ਜਿਹਨਾਂ ਦੀ ਡੈਡ ਬੋਡੀ ਆ ਉਹ ਦਿਖਾਈ ਵੀ ਆ ਮੋਦਰੀ 'ਚ, ਉਹਨਾਂ ਦਾ ਇੱਕ ਟਿੱਪਰ ਦੇ ਨਾਲ ਐਕਸੀਡੈਂਟ ਹੋ ਗਿਆ ਸਵੇਰੇ ਸਾਢੇ 7 ਵਜੇ, ਜਿਹੜੀ ਹੁਣ ਅਗਲੀ ਤਫਤੀਸ਼ ਹੈ ਉਹ ਕੀਤੀ ਜਾ ਰਹੀ ਹੈ। ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਜਿਹੜੀ ਅਗਲੀ ਤਫਤੀਸ਼ ਹੈ ਐਕਸੀਡੈਂਟ ਤਾਂ 10-11 ਵਜੇ ਹੋਈ, ਟਿੱਪਰ ਦਾ 11-11:30 ਵਜੇ। ਇਸ ਗੱਲ ਦਾ ਨਹੀਂ ਹੈ ਸਾਡੇ ਦਾ ਜੋ ਸਾਨੂੰ ਪਤਾ ਦੱਸਿਆ ਹੈਗਾ ਇਹਨਾਂ ਨੇ, ਜਿਹੜਾ ਇਹਦੇ ਲੜਕੇ ਹੈਗੇ ਆ ਭਵਿਸ਼ਨ ਦੇ, ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਸਾਡੇ।